ਅਖਬਾਰ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ 28/3/2021 ਦੇ ਵਿੱਚ। ਇਸ ਤੋਂ ਬਾਅਦ ਮੈਂ ਆਹ ਮੇਰੀਆਂ ਕੰਪਲੇਂਟਸ ਨੇ ਜਿਹੜੀਆਂ ਮੈਂ ਐਸ ਐਸ ਪੀ ਸਾਹਿਬ ਸਾਹਮਣੇ ਕੀਤੀਆਂ ਹੋਈਆਂ ਨੇ, ਇਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਮੈਨੂੰ ਇਨਸਾਫ ਚਾਹੀਦਾ। ਮੇਰਾ ਨਾਮ ਅਰਸ਼ਦੀਪ ਕੌਰ, ਪਿੰਡ ਗੁੜੇ ਦੇ ਰਹਿਣ ਵਾਲੀ। ਮਾਇਆ ਕੁੜੀ ਮੇਰੀ ਫਰੈਂਡ ਸੀ, ਉਹ ਸਾਡੇ ਘਰ ਆਉਂਦੀ ਜਾਂਦੀ ਸੀ। ਅਤੇ ਉਹ ਪਿੰਡ ਤੋਂ ਬਾਹਰ ਰਹਿੰਦੀ ਆ, ਉਹਨਾਂ ਦੇ ਘਰਾਂ ਦੇ ਆਲੇ ਦੁਆਲੇ ਕੋਈ ਵੀ ਘਰ ਨਹੀਂ ਹੈਗਾ। ਅਤੇ ਉਹਨੇ ਮੈਨੂੰ ਘਰ ਆਪਦੇ ਬੁਲਾ ਕੇ ਲੈ ਕੇ ਗਈ। ਮੈਂ ਪਹਿਲਾਂ ਵੀ ਕਾਫੀ ਵਾਰ ਉਹਨਾਂ ਦੇ ਘਰ ਗਈ ਸੀ, ਪਰ ਇੱਦਾਂ ਦਾ ਕੋਈ ਵੀ ਚਾਂਸ ਨਹੀਂ ਸੀਗਾ। ਪਰ ਜਦੋਂ ਮੈਂ ਉਹਦੇ ਨਾਲ ਗਈ ਤਾਂ ਉਸ ਤੋਂ ਬਾਅਦ ਉਹਨੇ ਮੈਨੂੰ ਕਮਰੇ 'ਚ ਬਿਠਾ ਕੇ, ਅਤੇ ਉਦੋਂ ਬਾਅਦ ਮਾਇਆ ਚਲੀ ਗਈ। ਦੋ ਮੁੰਡੇ ਆਏ, ਨਾਮ ਮਨਪ੍ਰੀਤ ਅਤੇ ਗੋਪੀ। ਉਹਨਾਂ ਇੱਕ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ, ਇੱਕ ਨੇ ਮੇਰੀ ਵੀਡੀਓ ਅਤੇ ਫੋਟੋਆਂ ਖਿੱਚੀਆਂ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਉਹਦੇ ਫੋਟੋਆਂ ਅਤੇ ਵੀਡੀਓ ਦੇ ਥਰੂ ਮੈਨੂੰ ਬਲੈਕਮੇਲ ਕਰਨ ਲੱਗ ਗਏ। ਬਲੈਕਮੇਲ ਕਰਕੇ ਮੋਟਰ 'ਤੇ ਲੈ ਕੇ ਜਾਂਦੇ ਰਹੇ। ਉੱਥੇ ਵੀ ਇਹਨਾਂ ਨੇ ਮੇਰੇ ਨਾਲ ਬਹੁਤ, ਇਹ ਕੰਮ 6 ਮਹੀਨੇ ਲਗਾਤਾਰ ਚੱਲਦਾ ਰਿਹਾ। ਇਹ ਪਿੰਡ ਦੇ ਵਿੱਚ ਹੀ ਆ ਮੋਟਰ। ਹਾਂਜੀ, ਜਦੋਂ ਤੁਸੀਂ ਉੱਥੇ ਕਮਰੇ ਦੇ ਵਿੱਚ ਤੁਸੀਂ ਰੋਲਾ ਪਾਇਆ, ਉਸ ਸਮੇਂ ਮਾਇਆ ਨੇ ਬਿਲਕੁਲ ਹੀ ਤੁਹਾਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕੀਤੀ? ਕਿਉਂਕਿ ਮਾਇਆ ਉੱਥੋਂ ਚਲੀ ਗਈ ਸੀ ਜੀ, ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਚਲੀ ਗਈ ਸੀ। ਉਹ ਉਹਨਾਂ ਦੇ ਨਾਲ ਰਲੀ ਹੋਈ ਸੀਗੀ। ਉਹ ਮੁੰਡੇ ਜਿਹੜੇ ਸੀ ਉਹ ਕਿੱਥੇ ਦੇ ਰਹਿਣ ਵਾਲੇ ਨੇ? ਉਹ ਸਾਡੇ ਪਿੰਡ ਦੇ ਰਹਿਣ ਵਾਲੇ ਆ। ਪਹਿਲਾਂ ਵੀ ਕਦੇ ਤੁਹਾਨੂੰ ਉਹਨਾਂ ਨੇ ਮਤਲਬ ਜਿਹੜਾ ਹੈਗਾ ਕੁਛ ਲਾਕਡਾਊਨ ਦੇ ਵਿੱਚ ਹੋਣ ਲੱਗਿਆ ਸੀਗਾ, 5ਵੇਂ ਮਹੀਨੇ ਦੇ ਵਿੱਚ। ਹਾਂਜੀ, ਤੇ ਜਿਹੜਾ ਤੁਹਾਨੂੰ ਉੱਥੇ ਮਾਇਆ ਦੇ ਘਰੇ ਤੁਹਾਨੂੰ ਇਹ ਲੈ ਕੇ ਗਈ ਮਾਇਆ, ਜਾਂ ਤੁਸੀਂ ਗਏ ਹੋ, ਉਹ ਕਿਹੜਾ ਮਹੀਨਾ ਸੀ? ਉਹ 5ਵਾਂ ਮਹੀਨਾ ਸੀਗਾ। ਅੱਛਾ, 5ਵੇਂ ਮਹੀਨੇ ਦੇ ਵਿੱਚ ਤੁਹਾਡੇ ਨਾਲ ਇਹ ਸਾਰਾ ਕੁਝ ਹੋਇਆ। ਹਾਂਜੀ, ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਉੱਥੋਂ ਆ ਗਏ, ਆਉਣ ਤੋਂ ਬਾਅਦ ਤੁਸੀਂ ਕੋਈ ਥਾਣੇ ਕੰਪਲੇਂਟ ਵਗੈਰਾ ਜੋ? ਆਉਣ ਤੋਂ ਬਾਅਦ ਮੈਂ ਆਪਦੇ ਘਰੇ ਦੱਸਿਆ ਸੀ। ਮੇਰੇ ਘਰ ਦੇ ਕਹਿੰਦੇ ਵੀ ਇੱਜ਼ਤ ਦਾ ਸਵਾਲ ਆ, ਵੀ ਤੂੰ ਚੁੱਪ ਕਰ ਜਾ। ਉਸ ਤੋਂ ਬਾਅਦ ਮੈਂ ਕੋਈ ਵੀ ਚੁੱਪ ਰਹੀ, ਮੈਂ ਕੋਈ ਵੀ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਮੈਨੂੰ ਫਿਰ ਵੀ ਇਹ ਤੰਗ ਪਰੇਸ਼ਾਨ ਕਰਨ ਲੱਗ ਗਏ, ਮੇਰਾ ਪਿੱਛਾ ਕਰਨ ਲੱਗ ਗਏ। ਫਿਰ ਅੱਕ ਕੇ ਮੈਂ ਆਪਦੇ ਭਰਾ ਨੂੰ ਦੱਸਿਆ, ਅਤੇ ਜਦੋਂ ਮੈਂ ਆਪਦੇ ਭਰਾ ਨੂੰ ਦੱਸਿਆ, ਮੇਰਾ ਭਰਾ ਇਹਨਾਂ ਦੇ ਘਰੇ ਲਾਂਬਾ ਲੈ ਕੇ ਗਿਆ, ਤਾਂ ਇਹਨਾਂ ਨੇ ਮੇਰੇ ਭਰਾ ਨਾਲ ਵੀ ਹੱਥੋਂ ਪਾਈ ਕੀਤੀ। ਉਸ ਤੋਂ ਬਾਅਦ ਮੈਂ 19/3/2021 ਦੇ ਵਿੱਚ ਥਾਣੇ ਦਾਖਲ ਰਿਪੋਰਟ ਦਿੱਤੀ ਸੀ। ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰ ਸਾਰੇ ਇਹਨਾਂ ਨਾਲ ਹੀ ਰਲੇ ਹੋਏ ਆ। ਉਹ ਮੈਨੂੰ ਪ੍ਰੈਸ਼ਰ ਪਾਉਂਦੇ ਸੀ ਰਾਜੀਨਾਮਾ ਕਰਨ ਦੇ ਲਈ, ਸਾਡੇ ਘਰੇ ਵੀ ਆਏ ਸੀਗੇ, ਪਰ ਮੈਂ ਨਹੀਂ ਕੀਤਾ। ਉਹ ਪਿੰਡ ਦੇ ਸਰਪੰਚ ਆ ਸੋਹਣ ਸਿੰਘ, ਦੇ ਨਾਲ ਦੇ ਮੈਂਬਰ ਨੇ ਸਾਰੇ। ਥਾਣੇ ਉਹਨਾਂ ਤੇ ਮੇਰੀ ਰਿਪੋਰਟ ਲਿਖ ਲਈ, ਉਸ ਤੋਂ ਬਾਅਦ ਮੇਰੇ ਤੇ ਮੇਰੀ ਕੋਈ ਵੀ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ SSP ਦੇ ਵੀ ਗਈ ਹਾਂ, DSP ਦੇ ਵੀ ਗਈ ਹਾਂ, ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਦਾਂ ਦੀ ਗੱਲ ਨਹੀਂ ਕੀਤੀ ਹੈਗੀ ਹਜੇ ਤੱਕ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੈਂ ਕਹਿੰਦੀ ਹਾਂ ਵੀ ਮੈਨੂੰ ਇਨਸਾਫ ਮਿਲੇ, ਤਾਂ ਕਿ ਉਹ ਹੋਰਾਂ ਕੁੜੀਆਂ ਦੇ ਨਾਲ ਵੀ ਇੱਦਾਂ ਨਾ ਕਰ ਸਕਣ, ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ। ਤੁਹਾਡੇ ਨਾਲ ਹਾਦਸਾ ਹੋਇਆ, ਤੁਸੀਂ ਕਿਵੇਂ ਦੀ ਮੀਡੀਆ ਤੇ ਕਿਵੇਂ ਅਖਬਾਰ 'ਚ ਜਾਂ ਟੀਵੀ 'ਤੇ ਕਢਾਈ? ਹਾਂਜੀ, ਮੈਂ ਅਖਬਾਰ 'ਚ ਫੋਟੋ ਕਢਵਾਈ ਹੋਈ ਹੈ। ਜੇ ਉਹ ਲੋੜ ਪਵੇ ਤਾਂ ਤੁਸੀਂ ਦਿਖਾ ਸਕਦੇ ਹੋ? ਹਾਂਜੀ, ਕੰਪਲੀਟਾਂ ਦਿਖਾਓ ਕਿਹੜੀਆਂ ਤੁਸੀਂ ਦਿੱਤੀਆਂ ਸੀਗੀਆਂ। ਹੁਣ ਤੁਸੀਂ ਜਿਹੜਾ ਹੈਗਾ ਇਨਸਾਫ ਦੇ ਲਈ ਕਿੱਥੇ ਕਿੱਥੇ ਗਏ ਹੋ? ਮਾਨਯੋਗ SSP ਸਾਹਿਬ ਤੋਂ ਵੀ ਉੱਪਰ ਕਿਤੇ ਕਿਸੇ ਅਫਸਰ ਦੇ ਕੋਲ? ਹਾਂਜੀ, ਸੈਸ਼ਨ ਜੱਜ ਕੋਲ ਵੀ ਗਈ ਆ ਜੀ। ਸੈਸ਼ਨ ਜੱਜ ਕਿਹੜੇ ਡਿਸਟ੍ਰਿਕਟ ਦੇ ਜੀ? ਲੁਧਿਆਣੇ ਡਿਸਟ੍ਰਿਕਟ ਦੇ। ਡਿਸਟ੍ਰਿਕਟ ਸੈਸ਼ਨ ਜੱਜ ਲੁਧਿਆਣਾ ਦੇ ਵਿੱਚ ਤੁਸੀਂ ਮਤਲਬ ਪੇਸ਼ ਹੋਏ ਹੋ। ਹਾਂਜੀ, ਤੇ ਸੈਸ਼ਨ ਜੱਜ ਸਾਹਿਬ ਨੇ ਤੁਹਾਨੂੰ ਜੱਜ ਸਾਹਿਬ ਨੇ ਕੀ ਮਤਲਬ ਤੁਹਾਨੂੰ ਕੁਛ ਆਸ਼ਵਾਸਨ ਦਵਾਇਆ ਕੁਛ? ਨਹੀਂ ਜੀ, ਉਹਨਾਂ ਨੇ ਮਤਲਬ ਮੇਰੀ ਕੰਪਲੇਂਟ ਲੈ ਲਈ ਸੀਗੀ, ਉਹ ਤੇ ਸਟੈਪ ਵਗੈਰਾ ਲਗਾਤੀ ਸੀਗੀ, ਹਲੇ SSP ਸਰ ਨੂੰ ਪੇਸ਼ ਨਹੀਂ ਕੀਤੀ ਉਹਨਾਂ ਨੇ। ਅੱਛਾ, ਹਾਂਜੀ, ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਵੀ ਮੈਨੂੰ ਇਨਸਾਫ ਮਿਲੇ ਜੀ, ਮੈਂ ਇਹ ਮੰਗ ਕਰਦੀ। ਮਾਤਾ ਕੀ ਨਾਮ ਤੁਹਾਡਾ ਜੀ? ਦਲਜੀਤ ਕੌਰ ਆ ਜੀ। ਲੜਕੀ ਤੁਹਾਡੀ ਕੀ ਲੱਗਦੀ ਹੈ? ਮੇਰੀ ਬੇਟੀ ਲੱਗਦੀ ਹੈ ਜੀ। ਇਹ ਕਿਹੜਾ ਪਿੰਡ ਹੈ ਤੁਹਾਡਾ? ਗੁੜੇ ਜੀ ਆ।
ਕੀ ਗੱਲ ਹੋਈ ਸੀ ਜੀ? ਇਹ ਦੋ ਲੜਕੇ ਸੀ ਜੀ ਸਾਡੇ ਪਿੰਡ ਦੇ ਜੀ, ਇਹਨੂੰ ਜ਼ਬਰਦਸਤੀ ਕਰਦੇ ਸੀਗੇ ਜੀ। ਹਾਂਜੀ, ਤੇ ਉਹਦੇ ਲਈ ਜਿਹੜੀਆਂ ਹੈਗੀਆਂ ਥਾਣੇ ਕੰਪਲੇਂਟਾਂ ਵਗੈਰਾ ਦਿੱਤੀਆਂ? ਹਾਂਜੀ ਸਭ ਦਿੱਤੀਆਂ ਹੋਈਆਂ ਨੇ ਜੀ, ਮੇਰੀ ਲੜਕੀ ਗਈ ਹੋਈ ਹੈ, ਪੜ੍ਹੀ ਲਿਖੀ ਹੈਗੀ ਸੀਗੀ, ਗਈ ਹੋਈ ਸੀ, ਆਪ ਹੀ ਦੇਖ ਕੇ ਆਈ ਸੀ ਜੀ। ਤੇ ਹਲੇ ਤੱਕ ਕੋਈ ਇਨਸਾਫ ਨਹੀਂ? ਨਹੀਂ, ਕੋਈ ਸਾਫ ਨਹੀਂ ਹੋਇਆ, ਸਾਨੂੰ ਸਾਫ ਚਾਹੀਦਾ ਜੀ। ਤੇ ਤੁਸੀਂ ਕੀ ਮੰਗ ਕਰਦੇ ਹੋ ਜੀ? ਸਾਨੂੰ ਸਾਫ ਹੀ ਚਾਹੀਦਾ ਜੀ, ਇਨਸਾਫ ਚਾਹੀਦਾ। ਹਾਂਜੀ, ਤੇ ਬੇਟੀ ਨੂੰ ਇਨਸਾਫ ਚਾਹੀਦਾ। ਹਾਂਜੀ ਬਸ ਜੀ, ਠੀਕ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ SHO ਮੁੱਲਾਪੁਰ ਤੋਂ ਬੋਲ ਰਹੇ ਜੀ? ਬਿਲਕੁਲ ਬੋਲ ਰਹੇ ਜੀ। ਸਰ ਕੇਸ਼ ਕੁਮਾਰ ਗੱਲ ਕਰ ਰਿਹਾ ਜੀ, ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਔਰ ਡੇਲੀ ਇੰਡੀਆ ਤੋਂ ਜੀ। ਹਾਂਜੀ। ਅੱਛਾ ਸਰ, ਇੱਕ ਜਾਣਕਾਰੀ ਦਿਓ, ਇੱਕ ਤੁਹਾਡੇ ਕੋਲ ਨਾ 13/19/21 ਦੀ ਐਪਲੀਕੇਸ਼ਨ ਹੈਗੀ ਹੈ, ਵੱਲੋਂ ਹੈਗੀ ਅਰਸ਼ਦੀਪ ਕੌਰ। ਹਾਂਜੀ ਹਾਂਜੀ ਬਿਲਕੁਲ। ਉਹ ਕੁੜੀ ਨੇ ਸਰ ਮਤਲਬ ਜਿਹੜੇ ਹੈਗੇ ਦੋਸ਼ ਲਗਾਏ ਆ ਵੀ ਮੁੰਡਿਆਂ ਨੇ ਉਹਦੇ ਨਾਲ ਰੇਪ ਕੀਤਾ। ਕੋਈ ਰੇਪ ਨਹੀਂ ਕੀਤਾ, ਉਹਦੀ ਐਪਲੀਕੇਸ਼ਨ ਪੜ੍ਹ ਲਓ। ਅੱਛਾ ਜੀ, ਹਰਦੀਪ ਦਾ ਰੌਲਾ ਹੈਗਾ ਮਨਪ੍ਰੀਤ ਉਹਨਾਂ, ਤੇ ਇਹਨੂੰ ਵਿੱਚ ਰੱਤ ਰੱਖ ਕੇ ਉਹ ਚਲਾ ਰਹੇ। ਅੱਛਾ ਜੀ, ਜਿਹੜੇ ਦੇ ਮੋਬਾਇਲ ਆ ਉਹ ਇਗਜ਼ਾਮ ਵਾਸਤੇ ਉੱਥੇ ਭੇਜਤੇ, ਵੀ ਜਿਹਦੀ ਫੋਟੋ ਖਿੱਚੀ ਉਹਦੇ ਵਿੱਚ ਪਤਾ ਲੱਗ ਜੂਗਾ, ਉੱਥੇ ਸਾਈਬਰ ਸੈੱਲ ਨੂੰ ਚੰਡੀਗੜ੍ਹ ਭੇਜਤੇ ਚਿੱਠੀ ਬਣਾ ਕੇ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸਰ, ਓਕੇ।